ਫੋਨ ਆਇਆ ਫੋਨ ਆਇਆ ਇੱਕ ਮਿੰਟ ਉਸੇ ਪਿੰਡੋਂ। ਹੈਲੋ ਡੈਡੀ ਆਪਣੇ ਦਾ ਪੈਣੇ ਕਿੱਥੋਂ ਬੋਲਦੇ ਤੁਸੀਂ? ਰਿਤੀ ਦਾ ਵੀ ਪਤਾ ਮੈਨੂੰ ਨੰਬਰ ਬਸ ਇੰਨਾ ਦੋਨਾਂ ਦਾ ਪਤਾ। ਹਾਂ ਲੱਭ ਗਿਆ। ਵੀਰ ਜੀ ਭਾਜੀ ਅਸੀਂ ਤੁਹਾਡੇ ਬੇਟੇ ਨੂੰ ਬੜਾ ਔਖਾ ਕੰਟਰੋਲ ਕੀਤਾ, ਬਹੁਤ ਜ਼ਿਆਦਾ ਔਖਾ। ਬਾਬਾ ਜੀ ਬੇਟਾ ਤੁਹਾਡਾ ਸਾਡੇ ਕੋਲ ਸੇਫ ਆ, ਪਰ ਇੰਨਾ ਜ਼ਿਆਦਾ ਕੰਟਰੋਲ ਔਖਾ ਕੀਤਾ, ਕਿਹੜੇ ਪਿੰਡੋਂ ਬੋਲਦੇ ਤੁਸੀਂ? ਚੁੱਪ ਕਰਿਓ। ਤੁਸੀਂ ਇਹ ਦੱਸੋ ਕਿ ਤੁਸੀਂ ਆਪ ਲੈਣ ਆਓਗੇ ਕਿ ਜਾਂ ਅਸੀਂ ਛੱਡਣ ਆਈਏ? ਇਹ ਜੀ ਤਰਨ ਤਾਰਨ ਜ਼ਿਲ੍ਹਾ ਸੇਰੋਂ ਟੋਲ ਪਲਾਜ਼ੇ ਦੇ ਕੋਲ ਆ, ਨਸ਼ਹਿਰੇ ਦੇ ਕੋਲ। ਹਾਂਜੀ ਸੇਰੋਂ ਦੇ ਕੋਲ ਆ ਜੀ। ਹਾਂਜੀ ਤੇ ਬੇਟੇ ਨੂੰ ਇੰਨਾ ਕੰਟਰੋਲ ਕਰਨਾ ਔਖਾ ਨਾ, ਚਾਰ ਪੰਜ ਮੁੰਡਿਆਂ ਨੇ ਬਾਹਾਂ ਤੋਂ ਫੜਿਆ ਵਾ ਤੇ ਗੱਡੀਆਂ ਦੇ ਥੱਲੇ ਆਉਂਦੇ ਭੱਜ ਭੱਜ ਕੇ। ਤੇ ਕੀ ਗੱਲ ਕੀ ਹੈ ਸਿੰਘ ਜੀ ਨੂੰ? ਨਹੀਂ ਗੱਡੀ ਆਪਣੀ ਆਪਣੇ ਕੋਲ ਹੀ ਹੈਗੀ ਆ, ਆਪਣੇ ਕੋਲ ਹੈਗੀ ਆ, ਲੈ ਆਉਂਦੇ ਆ ਤੁਸੀਂ ਨਾ ਮੈਨੂੰ ਆਪਣੇ ਘਰ ਦੀ, ਇੱਕ ਮਿੰਟ ਜੀ, ਆਪਣੇ ਘਰ ਦੀ ਲੋਕੇਸ਼ਨ ਭੇਜ ਦਿਓ ਮੈਨੂੰ, ਆਪਾਂ ਚੱਲਦੇ ਆ, ਸਾਰੇ ਚੱਲਦੇ ਆ, ਲੋਕੇਸ਼ਨ ਭੇਜ ਦਿਓ। ਹਾਂ ਭੈਣੇ ਇਸੇ ਨੰਬਰ ਤੇ ਭੇਜ, ਉਹ ਦੁਗਰਾ ਉਸੇ ਵੇਲੇ ਭੱਜ ਗਈ ਕੁੜੀ। ਪਾਪਾ ਪਾਪਾ ਇੱਕ ਮਿੰਟ ਭੈਣੇ, ਇੱਕ ਮਿੰਟ ਹੱਥ ਛੱਡ ਮੇਰਾ, ਇੱਕ ਮਿੰਟ ਮੈਂ ਸਾਈਡ ਤੇ ਆ ਕੇ ਗੱਲ ਕਰਾਂ ਉਹਦਾ, ਇੱਕ ਮਿੰਟ ਮੈਂ ਸਾਈਡ ਤੇ ਚੱਲ ਜਾਂਦਾ। ਹਾਂਜੀ ਸਿਸਟਰ ਜੀ ਭੈਣੇ ਅਸੀਂ ਨਾ ਸੇਰੋਂ ਟੋਲ ਪਲਾਜ਼ੇ ਦੇ ਕੋਲ ਵਾਂ, ਅਸੀਂ ਸੁਸਾਇਟੀ ਵੱਲੋਂ ਹਾਂ, ਅਤੇ ਇੰਨਾ ਜ਼ਿਆਦਾ ਅੱਜ ਤੁਹਾਡਾ ਭਰਾ ਖਤਮ ਹੋ ਜਾਣਾ ਸੀ ਅੱਜ, ਸਹੀ ਦੱਸਾਂ? ਭੈਣੇ ਹੁਣ ਚੌਵਾਂ ਪੰਜਾਂ ਜਾਣਿਆਂ ਨੇ ਉਹਨੂੰ ਫੜਿਆ, ਹੱਥ 'ਚ ਉਹਨੂੰ ਫੜਿਆ ਵਾ, ਮਤਲਬ ਕਿ ਉਹਦੇ ਲੱਤਾਂ ਬਾਹਾਂ ਫੜੀਆਂ, ਇੰਜੈਕਸ਼ਨ ਲਵਾਏ ਉਹਨੂੰ, ਥੋੜ੍ਹੀ ਜਿਹੀ ਮੈਂਟਲੀ ਡਿਸਟਰਬ ਆ ਨਾ ਇਹ, ਅਤੇ ਇੰਜੈਕਸ਼ਨ ਲਵਾਏ ਵੀ ਥੋੜ੍ਹਾ ਇਹ ਨੀਂਦ 'ਚ ਆ ਜਾਏ। ਇਹ ਤਾਂ ਗੱਡੀਆਂ ਦੇ ਅੱਗੇ ਭੱਜ ਭੱਜ ਜਾਣ ਡਿਆ ਭੈਣੇ। ਭੈਣੇ ਹੈਗਾ ਵਾ, ਹੈਗਾ ਵਾ ਕੋਈ ਕਸਰ ਆ ਉਹਨੂੰ? ਭੈਣੇ ਮੈਂ ਛੱਡ ਜਾਣਾ, ਕੋਈ ਗੱਲ ਨਹੀਂ, ਰੋਣ ਦੀ ਕੋਈ ਗੱਲ ਨਹੀਂ, ਪਰ ਭਰਾ ਤੁਹਾਡਾ ਸੇਫ ਵਾ, ਸਹੀ ਸਲਾਮਤ ਆ, ਕੋਈ ਰੋਣ ਦੀ ਗੱਲ ਨਹੀਂ ਆ, ਠੀਕ ਹੈ ਜੀ? ਹਾਂ ਅਰਦਾਸ ਕਰਾਓ ਗੁਰੂ ਘਰ ਵੀ, ਚਲੋ ਵਾਹਿਗੁਰੂ ਉਹਨੂੰ ਤੰਦਰੁਸਤੀ ਦੇਵੇ, ਠੀਕ ਆ? ਹਾਂ ਹਾਂ ਕੋਈ ਗੱਲ ਨਹੀਂ ਭੈਣੇ, ਉਹਨੂੰ ਲੈ ਕੇ ਆ ਆਉਂਦੇ ਹਾਂ। ਹਾਂ ਲੋਕੇਸ਼ਨ ਭੇਜ ਮੇਰੀ ਭੈਣ, ਇਹ ਜਿਹੜਾ ਉਹ ਦੱਸਿਆ ਸੀ ਪਹਿਲਾਂ ਮੁੰਡੇ ਚ ਇੱਦਾਂ, ਹਾਂ ਉਹੀ ਮੈਂ ਵਾਰ ਵਾਰ ਟਰਾਈ ਕਰਨ ਡਿਆ ਸੀਗਾ, ਤੇ ਉਹ ਪਤਾ ਨੀ ਵਿਚਾਰੇ ਫੋਨ ਕਿਤੇ ਸਾਈਡ ਤੇ ਪਿਆ ਹੋਊਗਾ ਭਾਈਆ ਸਿੰਘ ਦਾ, ਉਹ ਵੇਖਿਆ ਉਹਨੇ, ਮੈਂ ਕਿਹਾ ਭੈਣੇ ਕਿਹੜਾ ਪਿੰਡ ਬੋਲਦਾ ਏ, ਤੇ ਉਸੇ ਵੇਲੇ ਉਹਨੇ ਮੰਮ ਪਾਪਾ ਭੱਜ ਗਿਆ। ਇੱਥੇ ਵੱਡੀ 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 ਜੋਰ ਤੇ ਵੱਡੀ ਪਰ ਕੀ ਬਾ ਖੜ ਜਾ ਲੱਗ ਪੈਣਾ ਇਹਨਾਂ ਬਚਾਅ ਹੋ ਗਿਆ, ਮੂੰਹ ਸਾਰੀ ਉਂਗਲ ਪਾ ਲਈ ਸੀ ਇਹ ਤਾਂ, ਵਾਹਿਗੁਰੂ ਮੇਰੇ ਨਾਲ ਬਚਾ ਕੇ, ਨਹੀਂ ਤੇ ਮੈਂ ਸੋਚਿਆ ਮੈਂ ਹੁਣ ਇਹਨੇ ਮੈਂ
ਬੋਟੀ ਕੱਢ ਲੈਣੀ ਉਹਨੇ ਤੇ ਮੈਂਟਲੀ ਨਹੀਂ ਸਹੀ ਵਿਚਾਰਾ। ਚਲੋ ਚਲੀ ਲੈ ਕੇ, ਚਲ ਧੰਨਵਾਦ ਭਰਾ ਤੁਹਾਡਾ ਵੀਰਾਂ ਦਾ। ਉਹ ਹੁੰਦਾ ਇੱਕ ਇੰਜੈਕਸ਼ਨ ਹੋਰ ਦੇ ਦਈਏ। ਹਾਂ ਹਣਾ ਦੇ ਦਈਏ ਇੱਕ ਇੰਜੈਕਸ਼ਨ ਹੋਰ ਦੇ ਦਈਏ। ਚਲੋ ਸ਼ੁਕਰ ਆ, ਮੈਂ ਇਹ ਧੰਨਵਾਦ ਕਰਦਾ ਮੈਂ ਸਾਰੇ ਵੀਰਾਂ ਦਾ। ਆ ਹੁਣ ਇਹ ਪਰਿਵਾਰ ਨਾਲ ਗੱਲ ਵੀ ਹੋ ਗਈ ਆ ਸਾਡੀ, ਤੇ ਚਲੋ ਇਹਨੂੰ ਲੈ ਕੇ ਚੱਲਦੇ ਆ। ਮੈਂ ਵੀਰ ਸੰਗਰਾਮ ਵੀਰ ਦਾ ਧੰਨਵਾਦ ਕਰਦਾ ਵਾਂ, ਤੇ ਅੱਜ ਦਾ ਵੀਰਾਂ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਉਹਨਾਂ ਚਿਰ ਫੜ ਛੱਡਿਆ। ਫਿਰ 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 ਮੈਂ ਫਿਰ ਤੁਹਾਨੂੰ ਫੋਨ ਲਾਇਆ ਜਿੰਨਾ ਚਿਰ ਇਹਦੇ ਲਾਗੇ ਪਾਠ ਕਰਦਾ ਹਾਂ, ਜਿੰਨਾ ਚਿਰ ਇਹਦੇ ਲਾਗੇ ਪਾਠ ਕਰਦਾ ਉਨਾ ਚਿਰ ਇਹ ਸਹੀ ਆ। ਜਦੋਂ ਚੋਪਈ ਸਾਹਿਬ ਦਾ ਪਾਠ ਕਰ ਲਵੋ ਉਦੋਂ ਸਹੀ, ਜਦੋਂ ਪਾਠ ਦੀ ਲੜੀ ਟੁੱਟ ਗਈ। ਇਹ ਤਾਂ ਕੁਝ ਨਹੀਂ ਵੀਰੇ, ਇਹ ਜਿਹੜੇ ਹੁੰਦੇ ਨਾ ਸਾਇਆ ਚੱਕਰ ਹੁੰਦੇ ਆ, ਗ੍ਰੰਥੀ ਸਿੰਘ ਆ ਗੁਰੂ ਘਰ ਦਾ, ਅੱਠ ਅੱਠ ਦਸ ਦਸ ਘੰਟੇ ਦਾ ਉਹਦਾ ਨੇਤਨੇਮ ਆ। ਇਹ ਉਹਨੂੰ ਗੱਲ ਤੋਂ ਫੜ ਲਿਆ ਹੈਗਾ, ਉਹਨੇ ਨਾ ਇਹਦੇ ਚਪੇੜ ਮਾਰੀ, ਕਹਿੰਦਾ ਬਾਬਾ ਜੇ ਤੇਰਾ ਨੇਤਨੇਮ ਨਾ ਨਾ ਇੰਨਾ ਹੁੰਦਾ ਤੇ ਕਹਿੰਦਾ ਮੈਂ ਤੁਹਾਨੂੰ ਦੱਸ ਦੇਣਾ ਮੈਂ ਸ਼ਾਇ ਕੀ ਹੈ। ਕਹਿੰਦਾ ਤੇਰਾ ਨੇਤਨੇਮ ਬੜਾ ਜ਼ਿਆਦਾ, ਮੈਂ ਤੇਰੇ ਅੱਗੇ ਮੇਰਾ ਹੱਥ ਮੇਰੇ ਤੋਂ ਚੁੱਕਿਆ ਨਹੀਂ ਗਿਆ ਤੇਰੇ ਜੀ। ਕਹਿੰਦਾ ਨਹੀਂ ਮੈਂ ਦੱਸ ਦੇਣਾ ਉਹ ਕੋਈ ਸਾਇਆ ਦੀ ਫਕਰ ਨਹੀਂ ਉਹਦੇ 'ਚ ਕੋਈ। ਹਾਂ ਆਪਾਂ ਚੱਲਦੇ ਹਾਂ ਇੱਧਰ ਦੀ ਨਹੀਂ, ਆਪਾਂ ਚੱਲਦੇ ਹਾਂ ਕਿੱਥੇ ਚੱਲਦੇ ਹਾਂ। ਆ ਗਿਆ ਉਹਨਾਂ ਦਾ ਫਿਰ ਫੋਨ। ਹਾਂਜੀ ਸਿਸਟਰ ਜੀ, ਹਾਂ ਭੈਣੇ ਅਸੀਂ ਆ ਗਏ ਤੁਹਾਡੇ ਕੋਲ ਆ ਗਏ। ਲਾਈਵ ਨਾ ਭੇਜੋ, ਕਰੰਟ ਲੋਕੇਸ਼ਨ ਭੇਜੋ, ਲਾਈਵ ਨਾ ਭੇਜੋ, ਕਰੰਟ ਭੇਜੋ। ਹਾਂ ਕਰੰਟ ਭੇਜੋ, ਗੁਰਦੁਆਰਾ ਰੱਖੋ ਭਾਈ ਮਾਨ ਜੀ। ਉਹੀ ਇਹਦਾ ਹੁਣ ਨਾ ਥੋੜਾ ਜਿਹਾ ਨਾ ਰੈਸਟ ਜੀ ਹੋ ਲਏ ਨਾ। ਹਾਂਜੀ ਵੀਰੋ, ਹੁਣ ਅਸੀਂ ਇਸ ਵੀਰ ਦੇ ਪਿੰਡ ਪਹੁੰਚ ਗਏ ਹਾਂ, ਭਾਈ ਮਾਂਝੇ ਸਾਹਿਬ ਦੇ ਗੁਰਦੁਆਰੇ ਕੋਲ, ਕੋਟਮੇਲ ਸਿੰਘ ਦੇ ਕੋਲ ਪਹੁੰਚ ਚੁੱਕੇ ਹਾਂ। ਹੁਣ ਦੇਖਦੇ ਹਾਂ ਕਿ ਘਰ ਜਾ ਕੇ ਕੀ ਹਾਲਾਤ ਆ ਪਰਿਵਾਰ ਦੇ, ਅਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜਾ ਬੱਚਾ ਵਾ ਕਿਉਂ ਐਸੇ ਹਾਲਾਤਾਂ ਦੇ ਵਿੱਚ ਆਇਆ, ਕੀ ਕਾਰਨ ਸੀਗਾ। ਆਓ ਤੁਹਾਨੂੰ ਸਭ ਵੀਡੀਓ ਦਿਖਾਉਂਦੇ ਹਾਂ। ਹੈਂ ਆ ਗਏ ਰਾਜੂ, ਕਿੱਦਾਂ ਤੰਗ ਕੀਤਾ ਰਾਜ ਉਹਨੇ, ਕੀਤਾ ਤੰਗ ਉਹਨੇ ਤੁਹਾਨੂੰ, ਰਾਜ ਤੰਗ ਕੀਤਾ ਮੈਂ। ਅੱਛਾ ਦੂਜੀ ਤੇ, ਅੱਛਾ ਵਾਹਿਗੁਰੂ ਭਰਾਵਾ ਤੇਰੀ ਮਿਹਨਤ ਦਾ ਫਲ, ਜਦੋਂ ਮਿਹਨਤ ਦਾ ਫਲ ਮਿਲ ਜਾਏ ਨਾ ਬੰਦੇ ਨੂੰ ਤੇ ਸਕੂਨ ਬੜਾ ਮਿਲਦਾ। ਹਾਂ ਉਹ ਰੱਖਣੇ ਆ ਨਾ, ਕੀ ਦੱਸਿਆ ਵੀਰ ਜੀ? ਰਾਜੂ ਉਸਮਾਨ, ਉਸਮਾਨ ਆਪਣਾ ਬੇਲੀ ਉਹ ਵਕੀਲ, ਜੇ ਤਰਨ ਤਾਰਨ ਵਕੀਲ ਨਹੀਂ, ਕਿਹੜਾ ਕਰਾਂ ਅੱਛਾ ਕਰਾਂ ਕਿੱਥੇ ਆ ਅੰਕਲ ਜੀ, ਕੀ ਗੱਲ ਹੋਈ ਇਹਨੂੰ ਵੀਰ ਨੂੰ? ਤੁਸੀਂ ਸੱਚ ਜਾਣਿਓ, ਜੇ ਆਹ ਵੀਰ ਨਾ ਹੁੰਦਾ, ਆਹ ਵੀਰ ਨਾ ਹੁੰਦਾ ਤੇ ਅੱਜ ਤੁਹਾਡਾ ਬੇਟਾ ਨਹੀਂ ਸੀ ਹੋਣਾ। ਗੱਡੀਆਂ ਦੇ ਅੱਗੇ ਤਰਨ ਤਾਰਨ ਟੋਲ ਪਲਾਜ਼ਾ ਭੈਣੇ, ਗੱਡੀਆਂ ਦੇ ਅੱਗੇ ਐ ਬੱਸਾਂ ਦੇ ਗਿਆ ਹੁਣ। ਹਾਂਜੀ ਮੈਨੂੰ ਇੱਥੇ ਹੀ ਨਾਟਕ ਕਰ ਰਿਹਾ, ਮੈਂ ਅੱਗੇ ਕੁੜੀ ਨੂੰ ਮੈਂ ਇਹ ਨਹੀਂ ਬਚੂਗਾ ਨਹੀਂ ਮੈਂ।
ਚੌਵਾਂ ਪੰਜਾਂ ਜਾਣਿਆਂ ਨੇ 3-4 ਘੰਟੇ ਨੂੰ ਕੰਟਰੋਲ ਕਰਕੇ ਰੱਖਿਆ। ਇਹ ਧੁੰਦਾ ਧੁੰਦਾ ਪਿੰਡ ਬੋਲਣ ਡਿਆ ਸੀਗਾ। ਮਤਲਬ ਥੋੜਾ ਜਿਹਾ ਕੰਮ ਕੀਤਾ ਤੇ ਮੈਨੂੰ ਕਹਿੰਦੇ ਮੈਂ ਆਣ ਕੇ ਫਿਰ ਇਹਦਾ ਕਰ ਦਿੰਦਾ ਸਾਰਾ ਕੰਮ, ਤੈਨੂੰ ਘਰ ਨਾ ਜਾਣ ਦਿਓ, ਜੇ ਘਰ ਚਲੇਗਾ ਤੁਹਾਡਾ ਨੀ ਕੱਖ ਵੀ ਛੱਡਣਾ। ਤੇ ਘਰੋਂ ਕਦੋਂ ਦੇ ਗਏ? ਰਾਤੀ ਨੇ ਬੰਨ ਕੇ ਰੱਖਿਆ, ਰਾਤੀ ਸਾਰੀ ਬੰਨ ਕੇ ਰੱਖਿਆ ਮੈਂ ਜੀ। ਅੱਛਾ, ਘਰੋਂ ਨਿਕਲਿਆ ਕਦੋਂ ਇਹ? ਇਹ ਕਹਿੰਦਾ ਸੀ, ਇਹ ਗਿਆ ਸੀ ਟਾਲਾ ਸਾਹਿਬ ਇਸ਼ਨਾਨ ਕਰਾਉਣ ਵਾਸਤੇ, ਟਾਲਾ ਸਾਹਿਬ ਬਾਬਾ ਠੰਡਾ ਕਰਾਉਣਾ ਹੈਗਾ। ਬੱਚੇ ਕਿੰਨੇ ਤੁਹਾਡੇ? ਬਸ ਇੱਕ ਬੇਟਾ, ਇੱਕ ਬੇਟਾ ਤੇ ਇੱਕ ਬੇਟੀ। ਧੰਨ ਗੁਰੂ ਰਾਮਦਾਸ। ਤੇ ਮਦਰ ਇਹਨਾਂ ਦੀ? ਉਹਨਾਂ ਦੀ ਡੈਥ ਹੋ ਗਈ। ਕਿੰਨਾ ਚਿਰ ਹੋ ਗਿਆ? ਬਹੁਤ ਚਿਰ ਹੋ ਗਿਆ। ਨਿੱਕੇ ਨਿੱਕੇ ਹੁੰਦੇ ਸੀ ਬੱਚੇ ਵਿਚਾਰੇ। ਇਹ ਵੀਰ ਨੂੰ 3 ਵਜੇ ਵੀਰ ਨੂੰ ਮਿਲਿਆ ਨੌਸ਼ਹਿਰਾ ਪੰਨੂ ਲਾ ਕੇ, ਤੇ ਕੋਈ ਅੰਕਲ ਜੀ ਕੋਈ ਹੱਥ ਨਹੀਂ ਸੀ ਪਾਉਣ ਡਿਆ ਬੱਸਾਂ ਵਾਲੇ। ਇਨਸਾਨੀਅਤ ਬਹੁਤ ਖਤਮ ਹੋਈ ਪਈ ਆ, ਠੀਕ ਹੈ ਜੀ। ਬੱਚੀ ਆਪਣੀ ਦੀ ਇਹਨਾਂ ਨੇ ਮੈਡੀਸਿਨ ਲੈ ਜਾਣੀ ਸੀ, ਇਹਨਾਂ ਨੂੰ ਦੇਖ ਪਿਆ, ਇਹਨਾਂ ਨੇ ਬੱਚੀ ਦੀ ਮੈਡੀਸਿਨ ਲਿਆਂਦੀ, ਉਹ ਪ੍ਰੋਬਲਮ ਸੀ ਉਹਨੂੰ। 3 ਸਾਲ ਲੜ ਕੇ ਆਪ ਹੱਥ ਫੜ ਛੱਡਿਆ, ਕੋਈ ਲਾਗੇ ਨਹੀਂ ਸੀ ਆਉਂਦਾ। ਚਲੋ 2-3 ਵੀਰ ਆਏ ਇੱਥੇ, ਮੇਰੇ ਵੀਰ ਹੋਰ ਨਾਲ ਸੰਗਰਾਮ ਹੋਣੀ ਵੀਰ ਉਹ ਆਏ। ਫਿਰ ਹੁਣ 4-5 ਜਾਣਿਆਂ ਨੇ ਮੈਨੂੰ ਬੰਨ ਕੇ ਰੱਖਿਆ, ਇਹਦੇ ਨਲਾਂ 'ਚ ਵਿਚਾਰੇ ਦੇ ਲੱਤਾਂ ਮਾਰੀਆਂ ਇਹਦੇ, ਮੇਰੇ ਇੱਥੇ ਦੰਦੀ ਵੱਢੀ ਮੇਰੇ, ਠੀਕ ਹੈ ਜੀ। ਅਤੇ ਹਿਸਾਬ ਲੈ ਲਓ ਕਿ ਲੱਤਾਂ ਮਾਰਦਾ ਸੀਗਾ। 4-5 ਜਾਣਿਆਂ ਨੇ ਇਹਨੂੰ ਪੂਰਾ ਕੰਟਰੋਲ ਕਰਕੇ, ਮਤਲਬ ਕਿ ਇੱਦਾਂ ਘੁੱਟ ਕੇ ਫੜ ਕੇ ਨਾ, ਫਿਰ ਮੈਡੀਸਿਨ ਇਹਨੂੰ ਲਾਈ ਹੈ। 10 ਜਾਣਿਆਂ ਨੇ ਫੜਿਆ, ਇਹਦੇ 10 ਜਾਣਿਆਂ ਨੇ ਫੜਿਆ, 10 ਜਾਣਿਆਂ ਨੇ ਜੂੜ ਕੇ ਸਾਰੀ ਰਾਤ ਇੱਦਾਂ ਬੈਠਾ ਰਿਹਾ। ਅਤੇ ਸਵੇਰੇ ਬਾਬਾ ਦਰਸ਼ਨ ਜੀ ਉਹ ਖੜਿਆ, ਮੈਂ ਬਾਬਾ ਜੀ ਕੀ ਕਰ ਦਿਓ, ਅਤੇ ਬਾਬਾ ਜੀ ਨੇ ਥੋੜ੍ਹਾ ਜਿਹਾ ਕੰਮ ਕੀਤਾ, ਮੈਨੂੰ ਕਹਿੰਦੇ ਇਸ਼ਨਾਨ ਕਰਾ ਲਿਆ, ਅਤੇ ਫਿਰ ਇਹਦਾ ਇਹਨੂੰ ਜਾਣ ਨਾ ਦੇਈ, ਘਰ ਜੇ ਚੱਲੇਗਾ ਤੁਹਾਡਾ ਇਹਨੇ ਕੱਖ ਨਹੀਂ ਛੱਡਣਾ। ਚੀਜ਼ ਬੜੀ ਭਾਰੀ ਆ, ਜਿੰਨ ਆ ਇਹਦੇ ਵਿੱਚ, ਜਿੰਨ ਦੱਸ ਦੇ ਧੁੰਦੇ ਪਿੰਡ ਚ ਅਸੀਂ ਚਲੋ ਲੈਂਕ ਹੈਗੇ ਸੀਗੇ ਤੇ ਪੁੱਛਿਆ, ਉਹ ਕਹਿੰਦੇ ਨਹੀਂ ਸਾਡੇ ਪਿੰਡ ਦਾ ਨੀ। ਫਿਰ ਹਾਂਜੀ ਹਾਂਜੀ, ਫਿਰ ਇਹਨੇ ਨੰਬਰ ਇਹਨੇ ਬੋਲ ਦਿੱਤਾ ਛੋਲੀ ਛੋਲੀ, ਉਹ ਇਹਦੀ ਵੀਡੀਓ ਲੈਣ ਡਿਆ, ਵੀਡੀਓ ਡੱਕ ਡੱਕ ਕੇ ਨੰਬਰ ਫਿਰ ਕੱਢਿਆ ਸੀ। ਇੱਕ ਮਹੀਨਾ ਹੋ ਗਿਆ ਸਾਨੂੰ ਪਤਾ ਸੀ ਜੀ ਇੱਕ ਮੇਰਾ ਯਾਰ ਦੋਸਤ ਸੀ ਪਾਠੀ ਸਿੰਘ ਮੇਰਾ ਜਿਗਰੀ ਯਾਰ ਸੀ ਤੇ ਮੈਨੂੰ ਕਹਿੰਦਾ ਰੁਪਇਆ ਮੈਨੂੰ 1700 ਦੇ ਦੇ ਤੇ ਮੈਂ ਉਪਾਏ ਤੇਰਾ ਕਰਾ ਦੂੰਗਾ ਮੁੰਡੇ ਦਾ, ਤੇਰਾ ਮੁੰਡਾ ਘਰੇ ਠੀਕ ਹੋ ਜਾਊਗਾ, ਠੀਕ ਹੋ ਜਾਊਗਾ। ਤੇ ਮੈਂ ਉਹਦੇ ਉੱਤੇ ਵਿਸ਼ਵਾਸ ਕਰਕੇ ਉਹਨੂੰ 1700 ਦੇ ਦਿੱਤਾ, ਉਹ ਲੈ ਕੇ ਗਾਂ ਗਿਆ। ਮੁੜ ਕੇ ਉਹਨੂੰ ਫੋਨ ਕੀਤਾ, ਕੀਤਾ ਉਪਾਏ, ਉਹ ਕਹਿੰਦਾ ਤੇਰਾ ਮੁੰਡਾ ਨੀ ਪਾਗਲ, ਤੂੰ ਪਾਗਲ ਆ, ਲੈ ਲਓ ਤੇਰਾ ਮੁੰਡਾ ਠੀਕ ਆ। ਕਹਿੰਦਾ ਉਹਦਾ ਕੀ ਉਪਾਏ ਕਰਨਾ, ਰੁਪਇਆ 1700 ਲੈ ਗਿਆ। ਦੁਨੀਆਂ ਵੇਲੋ ਕਿਵੇਂ ਦੀ ਹੈ, ਗਾਂ ਗਿਆ। ਇਹ ਅਰਸ਼ ਦਸੀਏ ਉਹਦੇ ਸਿਰ ਤੇ, ਮੈਂ 10 ਦਿਨ ਦੇ ਨਾ ਅਰਸ਼ ਅਰਸ਼ ਉਹਦੇ ਸਿਰ ਤੇ, ਚਲੋ ਉਹਨੇ ਕਰਾ ਦਿੱਤਾ। ਇੱਕ ਅਰਸ਼ ਦਾ ਨਾਮ ਇੱਕ ਸਿੰਘ ਦਾ ਨਾਮ ਲੈਂਦਾ ਸੀ। ਹਾਂ
ਹਾਲਾਤ ਅੰਕਲ ਜੀ ਐਵੇਂ ਦੇ ਸੀ ਕਿ ਬੱਸਾਂ ਵਾਲੇ ਥੱਲੇ ਬੱਸਾਂ ਕੱਚੇ ਲਾਹ ਲਾ ਕੇ ਨਾ ਫੇਰ ਲੰਘਣ ਡੇ ਸੀ। ਹਾਂਜੀ ਹਾਂਜੀ ਪਤਾ ਸੀ ਮੈਨੂੰ, ਮੈਂ ਤਾਂ ਪ੍ਰੀਤ ਨੂੰ ਕਹਿਤਾ ਇਹਦੇ ਭੈਣ ਨੂੰ, ਮੈਂ ਕਿਹਾ ਬੇਟਾ ਅੱਜ ਉਹਨੇ ਮਰ ਜਾਣਾ, ਮੈਂ ਕਿਹਾ ਉਹਨੇ ਨਹੀਂ ਆਉਣਾ ਜਿਉਂਦੇ, ਪਰ ਚਲੋ ਬਾਬੇ ਦੀਪ ਸਿੰਘ ਨੇ ਕਿਰਪਾ ਕੀਤੀ, ਚਲੋ ਤੁਹਾਡੇ ਭਰਾਵਾਂ ਦੀ ਕਿਰਪਾ ਨਾ ਵਾਹਿਗੁਰੂ ਇਹ ਆ ਗਿਆ ਸਾਡੇ ਕੋਲ। ਮੈਨੂੰ ਇੱਥੇ ਰਸਤੇ ਦੇ ਕਹਿੰਦਾ ਸੀ ਪਹਿਲਾਂ ਤੇਰਾ ਘਰ ਜਾ ਕੇ ਪੈਂਟਾ ਲਾਉਣਾ, ਉੱਥੋਂ ਨਾ ਬਾਬੇ ਨੇ ਆਖਿਆ ਵੀ ਇਹਨੂੰ ਜਾਣ ਨਾ ਦਿਓ ਘਰ, ਫਿਰ ਕਰ ਦਵਾਂ, ਤੇ ਪਰ ਇਹ ਕਾਬੂ ਨੀ ਨਾ ਆਉਂਦਾ ਕਿਸੇ ਦੇ। ਇਹ ਵੀ ਗੱਲ ਹੈ ਨਾ, ਤੁਸੀਂ ਤੁਹਾਡਾ ਬੜਾ ਔਖਾ ਤੁਹਾਡੇ ਵਾਸਤੇ, ਇਕੱਲਾ ਬੰਦਾ ਤੁਸੀਂ ਕੀ ਸਮਝਦਾ, ਇਹ ਤਾਂ 10-10 ਬੰਦੇ ਨੇ ਕਾਬੂ ਕਾਬੂ ਆਉਂਦਾ। ਇਹ ਲੇਟ ਅਸੀਂ ਤਾਂ ਹੋਏ ਆ ਨਹੀਂ ਤੇ ਮੈਂ ਤੇ ਉਹ ਬੰਦੇ ਨੇ। ਪਹਿਲਾਂ ਅੰਕਲ ਪੂਰਾ ਸਹੀ ਸੀ, ਪੂਰਾ ਸਹੀ ਸੀ, ਇੱਕ ਮਹੀਨਾ ਹੋ ਗਿਆ, ਇੱਕ ਮਹੀਨੇ ਤੋਂ ਹੀ ਇੱਕੇ ਦਮ ਹੀ। ਹਾਂਜੀ ਯਕਦਮ ਕੋਈ ਅਚਾਨਕ ਕੋਈ ਪ੍ਰੋਬਲਮ ਆਈ ਹੋਈ ਜਾਂ ਕੋਈ ਨਸ਼ੇੜੀ ਆ ਤੂੰ, ਨਸ਼ਾ ਕੀਤਾ ਵਾ, ਤੇ ਮੈਂ ਵੀ ਕਹਿਤਾ ਇਹਨੂੰ, ਮੈਂ ਕਿਹਾ ਤੂੰ ਨਸ਼ੇੜੀ ਲੱਗਦਾ ਮੈਨੂੰ ਤੇ, ਤੇ ਮੈਂ ਕਿਹਾ ਤੂੰ ਨਸ਼ਾ ਕਰਕੇ ਤੇ ਨਹੀਂ ਕਿਤੇ ਗਿਆ, ਤੇ ਇਹਨੇ ਗੁੱਸਾ ਕਰਕੇ ਤੇ ਲੁਧਿਆਣੇ ਭੱਜ ਗਿਆ ਭੂਆ। ਤੈਨੂੰ ਕਿਸੇ ਸਿਆਣੇ ਕੋ ਜਾਣ ਦੀ ਲੋੜ ਨੀ, ਤੇਰਾ ਮੁੰਡਾ ਘਰੇ ਠੀਕ ਹੋ ਜਾਊਗਾ। ਖਤਰਨਾਕ ਹੋਇਆ ਵਾ 4-5 ਦਿਨਾਂ ਤੋਂ ਹੀ। ਅੱਛਾ, ਪਹਿਲਾਂ ਨੋਰਮਲ ਸੀਗਾ, ਪਹਿਲਾਂ ਨੋਰਮਲ ਸੀ। ਤੇ ਇਦਾਂ ਹੀ ਕਰਿਓ ਨਾ, ਗੁਰਦੁਆਰਾ ਸਾਹਿਬ ਲੈ ਕੇ ਆ ਵੇਲੋ, ਸਭ ਕੁਰਸੀਆਂ ਕਰਸੀਆਂ ਤੋੜੀਆਂ, ਕਹਿੰਦਾ ਘਰ ਦੇ ਇੱਕ ਚੀਜ਼ ਵੀ ਨੀ ਛੱਡਣੀ, ਜਿੰਨੀਆਂ ਵੀ ਹੈਗੀਆਂ ਹਰੇਕ ਚੀਜ਼ ਤੋੜਦੀ ਆ। ਕੰਮ ਕੀ ਕਰਦੇ ਅੰਕਲ ਜੀ? ਫ੍ਰਿਜ ਪਾਟੀ ਸੀਗਾ, ਬਾਬੇ ਦੀਪ ਸਿੰਘ ਦੇ ਜਾਓ, ਸ਼ਹੀਦਾਂ ਸਿੰਘਾਂ ਦੇ ਜਾਓ, ਅੰਕਲ ਹੱਲ ਹੋ ਜੂਗਾ। ਸ਼ਹੀਦਾਂ ਸਿੰਘਾਂ ਦੇ ਜਾਓ, ਠੀਕ ਆ, ਅਰਦਾਸ ਬੇਨਤੀ ਕਰੋ, ਪਰ ਏਦਾਂ ਉਪਾਵਲੇ ਨਾ ਜਾਂਦੇ ਰਹੋ, ਉਪਾਵਲੇ ਨਾ ਜਾਂਦੇ ਰਹੋ। ਤੁਸੀਂ ਤਾਂ ਗੁਰੂ ਘਰ ਦੇ ਸਿੰਘ ਜੀ, ਜੇ ਪਾਵਾਂ ਵਾਲੇ ਜਾਣ ਲੱਗ ਪਏ, ਉਹ ਸਿੰਘ ਸਾਡਾ ਸ਼ਹੀਦਾਂ ਸਿੰਘਾਂ ਦੇ ਗ੍ਰੰਥੀ ਲੱਗਾ ਵਾ। ਹਾਂਜੀ, ਉਹਨੇ ਕੱਲ ਆਣ ਕੇ ਕਹਿੰਦਾ ਮੈਂ ਠੀਕ ਕਰ ਦੂੰਗਾ ਇਹਨੂੰ, 12 ਵਜੇ ਉਹਨੇ ਆਉਣਾ। ਕੋਈ ਚੀਜ਼ ਤੁਹਾਡੀ ਘਰ ਨੀ ਛੱਡਣੀ। ਤੁਸੀਂ ਏਦਾਂ ਵੀ ਕਰੋ, ਇੱਥੋਂ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਜਿੰਨਾ ਇਹ ਨੁਕਸਾਨ ਆਪਣੇ ਆਪ ਨੂੰ ਪਹੁੰਚਾ ਸਕਦਾ, ਉਹ ਬਾਹਰ ਕੱਢੋ ਤੇ ਇਹਨੂੰ ਲੌਗ ਲਾ ਦੋ। ਨਹੀਂ ਨਹੀਂ, ਲੌਗ ਨਹੀਂ ਲਾ ਸਕਦੇ, ਇਹਨੇ ਤਾਂ ਬੂਹਾ ਇੱਕ ਮਿੰਟ ਤੋੜ ਦੇਣਾ, ਲੱਤ ਮਾਰ ਕੇ ਇੱਥੇ ਜ਼ੋਰ ਬੜਾ ਲੱਤ ਮਾਰ ਕੇ।
ਤੋੜ ਦੇਣਾ ਬੜਾ ਔਖਾ ਇਹਨੂੰ ਲੋਕ ਲੋਕ ਤੋਂ ਬਗੈਰ ਨਹੀਂ ਕੁਝ ਸੁਤਰਾ ਇਹਨੂੰ ਦਸ ਇੱਕ ਜਗ੍ਹਾ ਹੋਰ ਲਵਾ ਸਕਦੇ ਦਸ ਵਜੇ ਤੱਕ ਦਸ ਗਿਆਰਾਂ ਵਜੇ ਤੱਕ ਉਹ ਮੈਨੂੰ ਕਹਿੰਦੇ ਇਹ ਤੇ ਤੁਹਾਡੇ ਘਰ ਚ ਲੈ ਕੇ ਨਾ ਇਸ ਦਿਨੇ ਤੇ ਇਹਨੇ ਛੱਡਣਾ ਕੱਖ ਨਹੀਂ ਤੁਹਾਨੂੰ ਵੀ ਬਾਕੀ ਬਾਬਾ ਜੀ ਮੇਰੀ ਗੱਲ ਸੁਣੋ ਬਸ ਜੋ ਇੱਕ ਤਾਂ ਹਨਾ ਸ਼ਹੀਦਾ ਸਾਹਿਬ ਦੇ ਅਰਦਾਸ ਕਰਾਓ ਇੱਕ ਸਾਈਕੈਟ੍ਰਿਸ ਕੋਈ ਵੇਖ ਕੇ ਇਹਨੂੰ ਦਵਾਈ ਵੀ ਨਾਲ ਦਵਾਓ ਤੁਹਾਨੂੰ ਹਾਲ ਮੈਂ ਦੱਸਦਾ ਵਾ ਕਿਉਂਕਿ ਤੁਸੀਂ ਹੈਗੇ ਜੇ ਜਿਵੇਂ ਬਜ਼ੁਰਗ ਵੀ ਜੇ ਇਕੱਲੇ ਕਰੇ ਜੇ ਗੁੜੀਆ ਤੋਂ ਕੰਟਰੋਲ ਨਹੀਂ ਹੋਣਾ ਚਲੋ ਤੁਸੀਂ ਇੱਥੇ ਇਹਦਾ ਸਿਰ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਾਓ ਤੁਸੀਂ ਲੁਧਿਆਣੇ ਲੈ ਜਾਓ ਉਹਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਵੀਰ ਜੀ ਹੋਣਾਂ ਕੋਲ ਲੈ ਜਾਓ ਕਿਉਂਕਿ ਉੱਥੇ ਕੀ ਹੋਊਗਾ ਕਿ ਮੈਡੀਸਨ ਉਹ ਮੈਂਟਲੀ ਅਪਸੈਟ ਬੰਦੇ ਦੀ ਮੈਡੀਸਨ ਵੀ ਕਰਾਉਣਗੇ ਅਤੇ ਇੱਕ ਤੁਹਾਨੂੰ ਸੰਭਾਲਣਾ ਤੁਸੀਂ ਆ ਉੱਥੇ ਪਰ ਉੱਥੇ ਤੁਹਾਨੂੰ ਰਾਤ ਬਰਾਤ 'ਤੇ ਕੋਈ ਇਹ ਮਤਲਬ ਨੁਕਸਾਨ ਨਾ ਪਹੁੰਚਾਊਗਾ ਇੱਥੇ ਮੰਨ ਲਓ ਦਵਾਈ ਚੱਲਣ ਦੀ ਆਈ ਦੀ ਤੁਸੀਂ ਗੁਰੂ ਘਰ ਅਰਦਾਸ ਕਰਕੇ ਆ ਕੇ ਦਵਾਈ ਚੱਲਣ ਦੀ ਆ ਰਾਤ ਬਰਾਤ 'ਤੇ ਇਹ ਕੋਈ ਇਹੋ ਜਿਹੀ ਕੋਈ ਗੱਲ ਕਰਦੇ ਕੱਲ੍ਹ ਪਰਸੋਂ ਦਾ ਖਤਰਨਾਕ ਹੋਇਆ ਮੈਂ ਤਾਂ ਅਖੰਡ ਪਾਠ ਪਾਠੀ ਸਿੰਘ ਮੈਂ ਪਰਸੋਂ ਡਬਲ ਡੁਬੜੀ ਛੱਡੀ ਆ ਵੀ ਕੁੜੀ ਦਾ ਮਾਰਦੇ ਕੀ ਲੈਣਾ ਕੁੜੀ ਇਕੱਲੀ ਇਹ ਜਿਹੜੀ ਮੇਰੀ ਸੋਚਣੀ ਮੈਂ ਉੱਥੇ ਲੈ ਜਾਣ ਲੱਤਾਂ ਮਾਰੇ ਕੁੜੀ ਦੇ ਮਾਰੀਆਂ ਬੜੀਆਂ ਲੱਤਾਂ ਇਹਨੇ ਤੇ ਮਹਾ ਮਹੱਲੇ ਦੇ ਬੰਦੇ ਆਏ ਅੱਠ ਦਸ ਤੇ ਫਿਰ ਅਸੀਂ ਇਹਨੂੰ ਬੰਨ ਕੇ ਦੂੜਿਆ ਇਹਨੂੰ ਚੰਗੀ ਤਰ੍ਹਾਂ ਤੇ ਰੋਜ਼ ਰੋਜ਼ ਕੌਣ ਆਊਗਾ ਮੈਂ ਤਾਂ ਨਾ ਤੁਸੀਂ ਇਕੱਲੇ ਜੇ ਤੁਹਾਡਾ ਸਭ ਕੁਛ ਇਹੋ ਹੀ ਆ ਤੁਸੀਂ ਉੱਥੇ ਮਨੁੱਖਤਾ ਸੇਵਾ ਵਾਲੇ ਵੀਰਾਂ ਕੋਲ ਨਹੀਂ ਲੈ ਜਾਣਗੇ ਕੋਈ ਨਹੀਂ ਲੈਣ ਨੂੰ ਤਾਂ ਆਪਾਂ ਵੀ ਲੈ ਕੇ ਚੱਲ ਜਾਂਗੇ ਕੋਈ ਗੱਲ ਨਹੀਂ ਨਾਲ ਚੱਲ ਜਾਂਗੇ ਠੀਕ ਹੈ ਜੀ ਇੱਦਾਂ ਉਹਨਾਂ ਨੂੰ ਜੇਕਰ ਤੁਸੀਂ ਫੋਨ ਲਾ ਲਓ ਇੱਕ ਵਾਰੀ ਪਰ ਜੇ ਉਹ ਆ ਜਾਣਗੇ ਲੈ ਕੇ ਠੀਕ ਹੈ ਜੀ ਲੈਣ ਆ ਜਾਣਗੇ ਤਾਂ ਵੈਲ ਵਧੀਆ ਵਾ ਫਿਰ ਨਹੀਂ ਤਾਂ ਫਿਰ ਆਪਾਂ ਨੂੰ ਅਪਰੋਚ ਕਰਨੀ ਪਊ ਉੱਥੇ ਠੀਕ ਹੈ ਚਲੋ ਤੁਸੀਂ ਪਿਓ ਜੇ ਤੁਹਾਨੂੰ ਜਿਆਦਾ ਪਤਾ ਇੱਕ ਤੁਹਾਨੂੰ ਰਿਸਕ ਆ ਥੋੜਾ ਜਾਣਾ ਆਪਣਾ ਆਪ ਬਚਾ ਕੇ ਠੀਕ ਆ ਤੁਸੀਂ ਭੈਣ ਵੀ ਬਚਾਵੇ ਤੁਸੀਂ ਬਚਾਓ ਇਹਨੂੰ ਆਪਣਾ ਪਹਿਲਾਂ ਰਾਤ ਦਾ ਬੰਦੋਬਸਤ ਕਰ ਲੋ ਹਾਂਜੀ ਉਹ ਕਰਦੇ ਆ ਹਾਂਜੀ ਚੱਲੀਏ ਆਪਾਂ ਚੰਗਾ ਜੀ ਨਹੀਂ ਬਸ ਕੋਈ ਗੱਲ ਨਹੀਂ ਨਹੀਂ ਤੁਸੀਂ ਚੰਗਾ ਜੀ ਚੰਗਾ ਭੈਣੇ ਕੋਈ ਗੱਲ ਨਹੀਂ ਜਲੰਧਰ ਰੋਡ ਤੇ ਚਾਰ ਵਾਰੀ ਗਿਆ ਹੁਣ ਇੱਥੋਂ ਤੇ ਇੱਧਰ ਉੱਧਰ ਸ਼ਹੀਦਾਂ ਤੇ ਦਰਬਾਰ ਸਾਹਿਬ ਨੂੰ ਲੱਭ ਲਾ ਕੇ ਮੈਂ ਭਾਵੇਂ ਮੈਨੂੰ ਮਾਰਦਾ ਹੀ ਆ ਜਾਨੋਂ ਮਾਰ ਦੇਵੇ ਪਰ ਹੈ ਤੇ ਬੇਟਾ ਹੀ ਆ ਨਾ ਇਹ ਕਿਹੜਾ ਏਰੀਆ ਕਿਹੜਾ ਪੈਂਦਾ ਹੈ ਬਾਲਣ ਲੈ ਕੇ ਗਏ ਉਹਦੇ ਜਿਹੜੇ ਪੇ ਖੂਹ ਚ ਠੀਕ ਹੈ ਚਲੋ ਠੀਕ ਹੈ ਜੀ ਨਹੀਂ ਅੰਕਲ ਕੋਈ ਗੱਲ ਨਹੀਂ ਨਹੀਂ ਅੰਕਲ ਕੋਈ ਗੱਲ ਨਹੀਂ ਫਿਰ ਵੀ ਤੂੰ ਆਪਣਾ ਥੋੜਾ ਬਾਹਰ ਰਹੀ ਤੂੰ ਇਹਦੇ ਕੋਲੋਂ ਠੀਕ ਹੈ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਕਿੱਦਾਂ ਇੱਕ ਮੈਂਟਲੀ ਅਪਸੈਟ ਵੀਰ ਨਸ਼ਹਿਰੇ ਪੰਨੂਏ ਟੋਲ ਪਲਾਜ਼ੇ ਲਾਗੇ ਵੀਰ ਰਾਜੂ ਵੀਰ ਹੋਣਾਂ ਨੂੰ ਮਿਲਿਆ ਸੀਗਾ ਮੇਰਾ ਵੀਰ ਰਾਜੂ ਵੀਰ ਆ ਆਪਣੀ ਬੇਟੀ ਦੀ ਦਵਾਈ ਲੈਣ ਜਾ ਰਹੇ ਸੀਗੇ ਅਤੇ ਸੱਚ ਜਾਣਿਓ ਕਿ ਵੀਰੋ ਦੱਸਦੇ ਆ ਕਿ ਜਿਹੜੀਆਂ ਬੱਸਾਂ ਆਉਂਦੀਆਂ ਸੀ 100-100, 150-150 ਸਪੀਡ 'ਤੇ ਗੱਡੀਆਂ ਆਉਂਦੀਆਂ ਸੀ ਉਹਨਾਂ ਦੇ ਸਾਹਮਣੇ ਬੱਚਾ ਇੱਦਾਂ ਹੋ ਜਾਂਦਾ ਸੀਗਾ ਠੀਕ ਹੈ ਜੀ ਚਲੋ ਮਿਹਰ ਹੋਈ ਰੱਬ ਦੀ ਵੀ ਉਹ ਬੱਚੇ ਦਾ ਕੋਈ ਨੁਕਸਾਨ ਨਹੀਂ ਹੋਇਆ ਗੱਡੀਆਂ ਵਾਲੇ ਸਾਈਡਾਂ 'ਤੇ ਕਰਕੇ ਗੱਡੀਆਂ ਨੰਘਣ ਨੰਘਾ ਰਹੇ ਸੀਗੇ ਅਤੇ ਵੀਰ ਦੀ ਅੱਖ 'ਤੇ ਚੜ੍ਹ ਗਿਆ ਬੱਚਾ ਕਿਉਂਕਿ ਬਹੁਤ ਲੋਕ ਨੰਗੇ ਲਾਗੋਂ ਦੀ ਕਿਸੇ ਨੇ ਧਿਆਨ ਨਹੀਂ ਦਿੱਤਾ
ਅਤੇ ਅੱਜ ਜੇ ਵੀਰ ਨਾ ਹੁੰਦਾ, ਨਾ ਲੰਘਣ ਡਿਆ ਹੁੰਦਾ, ਆਪਣੀ ਬੱਚੀ ਦੀ ਦਵਾਈ ਲੈਣ ਨਾ ਗਿਆ ਹੁੰਦਾ, ਤਾਂ ਸ਼ਾਇਦ ਅੱਜ ਬੱਚੇ ਦਾ ਨੁਕਸਾਨ ਹੋ ਜਾਂਦਾ। ਅਤੇ ਮੈਂ ਧੰਨਵਾਦ ਕਰਦਾ ਵੀਰ ਜੀ ਹੁਣਾਂ ਦਾ, ਇਹਨਾਂ ਨੇ ਬੱਚੇ ਨੂੰ ਕੰਟਰੋਲ ਕੀਤਾ 3-4 ਘੰਟੇ। ਤੁਸੀਂ ਵੇਖਿਆ ਕਿੱਦਾਂ ਬਾਹਾਂ ਉਹਨਾਂ ਦੀਆਂ ਬੰਨ੍ਹਣੀਆਂ ਪਈਆਂ, ਫੜਨੀਆਂ ਪਈਆਂ। ਸੰਗਰਾਮ ਵੀਰ ਨੂੰ ਹੁਣਾਂ ਨੂੰ ਇਹਨੇ ਦੱਸਿਆ, ਕਿਉਂਕਿ ਕਈ ਲੋਕ ਕਹਿੰਦੇ ਯਾਰ ਤੁਸੀਂ ਵੀਡੀਓ ਕਿਉਂ ਬਣਾਉਂਦੇ ਜੀ? ਅੱਜ ਮੈਂ ਤੁਹਾਨੂੰ ਵੀਡੀਓ ਦਾ ਫਾਇਦਾ ਦੱਸਣ ਲੱਗਾ। ਅਸੀਂ ਸੰਗਰਾਮ ਵੀਰ ਨੇ ਅਤੇ ਇੱਕ ਅਸੀਂ ਬੱਚੇ ਨੂੰ ਕੱਥੂ ਨੰਗਲ ਛੱਡ ਗਏ ਸੀਗੇ, ਉਹ ਸਾਡੀ ਵੀਡੀਓ ਇਸ ਵੀਰ ਨੇ ਵੇਖੀ ਸੀਗੀ। ਇਹਨਾਂ ਵੀਰਾਂ ਨੇ ਸਾਡੀ ਵੀਡੀਓ ਵੇਖੀ ਸੀਗੀ। ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਵੀਰੇ ਕੋਈ ਮੈਂਟਲੀ ਅਪਸੈਟ ਬੱਚਾ ਸਾਡੇ ਕੰਟਰੋਲ 'ਚ ਨਹੀਂ ਹੋਣ ਡਿਆ, ਅਤੇ ਤੁਸੀਂ ਆਓ ਅਤੇ ਆਪਾਂ ਉਸ ਬੱਚੇ ਨੂੰ ਕੰਟਰੋਲ ਕਰੀਏ ਅਤੇ ਉਹਦਾ ਕੋਈ ਐਡਰੈਸ ਲੱਭੇ। ਅਤੇ ਅੱਜ ਚਲੋ ਵੀਰ ਜੀ ਹੁਣਾਂ ਦੇ ਫੋਨ 'ਤੇ ਸੰਗਰਾਮ ਵੀਰ ਨੂੰ, ਉਹਨਾਂ ਨੇ ਪਹਿਲਾਂ ਫੋਨ ਕੀਤਾ, ਸੰਗਰਾਮ ਵੀਰ ਨੇ ਆਪਾਂ ਨੂੰ ਫੋਨ ਕੀਤਾ, ਅਤੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਅੱਜ ਇਸ ਪਰਿਵਾਰ ਦੇ ਘਰ ਇਹਨਾਂ ਦਾ ਬੱਚਾ ਜਿਹੜਾ ਮਤਲਬ ਕਿ ਤੰਦਰੁਸਤੀ ਦੀ ਕੰਡੀਸ਼ਨ ਦੇ ਵਿੱਚ, ਹਾਲਾਂਕਿ ਮੈਂਟਲੀ ਅਪਸੈਟ ਆ, ਪਰ ਕੋਈ ਸੱਟ ਪੇਟ ਨਹੀਂ ਲੱਗੀ ਬੱਚੇ ਨੂੰ, ਅਤੇ ਅੱਜ ਬੱਚੇ ਨੂੰ ਅਸੀਂ ਘਰ ਛੱਡਣ ਆਏ ਹਾਂ। ਅਤੇ ਤੁਸੀਂ ਵੇਖ ਸਕਦੇ ਜੇ ਕਿ ਆਹ ਬੱਚੇ ਨੇ ਆਪਣੀਆਂ ਘਰ ਦੀਆਂ ਹੀ ਚੀਜ਼ਾਂ ਕਿੰਨੀਆਂ ਤੋੜੀਆਂ ਵਾ, ਵੀ ਮੈਂਟਲੀ ਬਹੁਤ ਜ਼ਿਆਦਾ ਡਿਸਟਰਬ ਹੋਇਆ ਪਿਆ ਵਾ। ਅਤੇ ਚੰਗਾ ਅੰਕਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੰਗਤ ਜੀ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਵੀਰ ਵਾ ਹੈਗਾ, ਆਪ ਵੀ ਇਕੱਲਾ ਕਰਾ ਵਾ, ਅਤੇ ਮਾਂ ਵੀ ਵਿਚਾਰੇ ਦੀ ਹੈਗੀ ਨਹੀਂ ਆ, ਅਤੇ ਬਜ਼ੁਰਗ ਪਿਓ ਆ ਜਿਹੜਾ ਗੁਰੂ ਘਰ ਗ੍ਰੰਥ ਸਿੰਘ ਦੀ ਸੇਵਾ ਨਿਭਾ ਕੇ ਇਸ ਬੱਚੇ ਨੂੰ ਆਪਣੀ ਇਸ ਬੇਟੀ ਨੂੰ ਪਾਲਣ ਪੋਸ਼ਣ ਕਰ ਰਿਹਾ, ਛੋਟੀ ਭੈਣ ਦਾ ਪਾਲਣ ਪੋਸ਼ਣ ਕਰ ਰਿਹਾ। ਅਤੇ ਜ਼ਰੂਰ ਇਹਨਾਂ ਦੀ ਜੇ ਕਿਸੇ ਵੀਰ ਭਰਾ ਨੇ ਇਹਨਾਂ ਦੀ ਸਪੋਰਟ ਵੀ ਕਰਨੀ ਹੋਵੇ, ਕਿਉਂਕਿ ਗੁਰੂ ਘਰ ਦਾ ਵਜ਼ੀਰ ਵਾ, ਗੁਰੂ ਘਰ ਦਾ ਗ੍ਰੰਥ ਸਿੰਘ ਰੁਤਬਾ ਬਹੁਤ ਉੱਚਾ ਹੁੰਦਾ ਵਾ, ਅਤੇ ਕਿਸੇ ਵੀਰ ਭਰਾ ਨੇ ਇਹਨਾਂ ਦੀ ਕੋਈ ਹੈਲਪ ਕਰਨੀ ਹੋਵੇ, ਕੋਈ ਦਵਾਈ ਦੇ ਵਿੱਚ, ਮੈਡੀਸਿਨ ਦੇ ਵਿੱਚ, ਕਿਸੇ ਪ੍ਰਕਾਰ ਦੀ ਹੈਲਪ ਕਰਨੀ ਹੋਵੇ, ਤਾਂ ਅੰਕਲ ਜੀ ਤੁਸੀਂ ਆਪਣਾ ਨੰਬਰ ਬੋਲ ਦਿਓ। ਮੇਰਾ ਨੰਬਰ 85 904 97 ਠੀਕ ਹੈ ਜੀ ਬਾਕੀ ਸਾਡਾ ਸੋਸਾਇਟੀ ਦਾ ਨੰਬਰ ਵੀ ਵੀਡੀਓ ਉੱਪਰ ਫਲੈਸ਼ ਕੀਤਾ ਵਾ ਅਤੇ ਕਿਸੇ ਵੀ ਭਰਾ ਨੇ ਜ਼ਰੂਰ ਕੋਈ ਮੈਡੀਸਿਨ 'ਚ ਹੈਲਪ ਕਰਨੀ ਹੋਵੇ, ਕਿਸੇ ਟਾਈਮ 'ਚ ਹੈਲਪ ਕਰਨੀ ਹੋਵੇ, ਕਿਉਂਕਿ ਮੈਂ ਇਹ ਤਾਦ ਕਹਿ ਰਿਹਾ ਕਿ ਗੁਰੂ ਘਰ ਦਾ ਗ੍ਰੰਥੀ ਸਿੰਘ ਆ, ਵਜ਼ੀਰ ਆ, ਆਪਾਂ ਉਹਨਾਂ ਨੂੰ ਸਾਰੇ ਭਰਾਵਾਂ ਨੂੰ ਰਲ ਕੇ ਇਹਨਾਂ ਦੀ ਪਰਿਵਾਰ ਦੀ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਵਾਹਿਗੁਰੜੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲੀਏ ਆਪਾਂ, ਚਲੋ ਨੰਬਰ ਤੁਹਾਨੂੰ ਦੇ ਦਾਂਗੇ, ਕਈ 100 ਵੀਰ ਹੈਲਪ ਕਰਨ ਅੱਗੇ ਆ ਜਾਂਦੇ, ਕੋਈ ਮੈਡੀਸਿਨ ਵੱਲੋਂ ਆ ਜਾਂਦਾ, ਕੋਈ ਕੁਛ ਆ ਜਾਂਦਾ, ਇਹ ਨੰਬਰ ਹੀ ਬੋਲ ਦਿੱਤਾ ਨਾ, ਜਿਵੇਂ ਆਪਾਂ ਇਹਨਾਂ ਦਾ ਨੰਬਰ ਹੀ ਬੋਲਤਾ, ਪਰਿਵਾਰ ਦਾ ਨੰਬਰ ਵੀ ਨਾਲ ਮੈਂਸ਼ਨ ਕਰ ਦੇਣਾ, ਲੋਕਾਂ ਨੇ ਫਿਰ ਆਪ ਡਾਇਰੈਕਟ ਹੋ ਜਾਣਾ। ਚੰਗਾ ਵਾਹਿਗੁਰੂ ਜੀ, ਚੰਗਾ ਬਾਬਾ ਜੀ, ਨਹੀਂ ਬਸ ਨਹੀਂ, ਧੰਨਵਾਦ ਜੀ। ਇਹ ਬਾਬਾ ਜੀ ਇਹਨੇ ਤੜਕੇ ਜੀ ਜਾ ਕੇ ਨੂੰ ਆਉਣਾ ਵਾ, ਸੁਰਤ ਤੜਕੇ ਜਾ ਕੇ ਆਊਗੀ, 3-4 ਵਜੇ ਹਾਂ ਹਾਂ, ਮਤਲਬ 8-10 ਘੰਟੇ ਤਾਂ ਇਹਨੂੰ ਇਹਨੇ ਰਹਿਣਾ ਹੀ ਰਹਿਣਾ ਇਸ ਕੰਡੀਸ਼ਨ ਦੇ ਵਿੱਚ, ਠੀਕ ਹੈ ਜੀ। ਹਾਂਜੀ, ਜੇ ਕਹਿੰਦੇ ਆ ਬੰਨ ਅਸੀਂ ਦਿੰਦੇ ਹਾਂ, ਜੇ ਤੁਸੀਂ ਕਹਿੰਦੇ ਬੰਨ ਅਸੀਂ ਦਿੰਦੇ ਹਾਂ, ਹੁਣ ਕਿੰਨੇ ਸਿੰਘ ਹੈ? ਹਾਂਜੀ, ਮੈਂ ਉਹ ਤੇ ਆਖਣਾ ਸੰਗਲੀ ਹੋਵੇ ਨਾ ਅੰਕਲ, ਖੋਲ ਨਾ ਲਵੇ ਰਿਸਕ ਵਾ, ਰਿਸਕ ਵਾ, ਪਰਨੇ ਨਾ ਪਹਿਲਾਂ ਲੱਤਾਂ ਬੰਨ੍ਹੀਏ, ਫਿਰ ਆਹ ਰੱਸੀ ਲਾਈਏ, ਉਹ ਪਰਨੇ ਦੇ ਉੱਤੋਂ ਦੀ ਬੰਨ੍ਹੀਏ।
ਇੱਕ ਪਰਨੇ ਨਾਲ ਲੱਤਾਂ ਬੰਨ ਦੋ ਦੋਵੇਂ, ਠੀਕ ਹੈ ਜੀ, ਹੈ ਨਾ। ਅੰਕਲ ਮੈਂ ਤਾਂ ਦੱਸਦਾ ਨਾ, ਜੇ ਤੇ ਆਪਾਂ ਨੂੰ ਸੰਗਲ ਮਿਲਦਾ ਵਾ, ਠੀਕ ਹੈ ਜੀ, ਪਰਨੇ ਨਾਲ ਹੱਥ ਮਗਰੋਂ ਬੰਨ ਦੋ, ਇੱਕ ਤਾਂ ਮਗਰੋਂ ਬੰਨ ਦੋ ਜਾਂ ਫਰੰਟ ਤੋਂ ਬੰਨ ਦੋ। ਕਰੋ ਯਾਰ, ਜੇ ਕੁਛ ਹੁੰਦਾ ਤਾਂ ਹੈ ਨਾ ਕਰ ਦੋ। ਵਿਚਾਰੇ ਕਹਿੰਦੇ ਕਿਸੇ ਨੂੰ ਆਵਾਜ਼ ਮਾਰਨੀ ਪੈਣੀ ਹੈ ਤੇ ਇੰਨੇ ਆਪਾਂ ਜਾਣੇ ਕਿ ਆਵਾਜ਼ ਮਾਰਨ ਦੀ ਲੋੜ ਹੈ, ਤੁਸੀਂ ਕਰ ਲਓ ਨਹੀਂ ਅੰਕਲ ਕਰ ਦੋ, ਹੈ ਨਾ। ਕਰੋ ਯਾਰ ਜੇ ਹੱਲ, ਜੇ ਸੰਗਲ ਸੰਗਲ ਤੇ ਲੋਕ ਲੈ ਦੋ ਬੰਨੀਏ ਰੋਤੋਂ ਦੀ ਰੱਸੀ ਬੰਨ ਦਿੰਦੇ। ਮੈਂ ਨਾ ਰੇੜੇ ਵਾਲਾ ਭਾਜੀ ਲਿਆਉਂਦੇ, ਉਹ ਤੁਹਾਨੂੰ ਦੱਸ ਦੇਣਗੇ ਉਹਨਾਂ ਨੂੰ। ਬਾਬਾ ਕੱਲ ਉਹਨਾਂ ਨੇ ਬੰਨੀ ਤਾਂ ਖੁੱਲੀ ਬੜਾ ਜ਼ੋਰ ਲਾਇਆ, ਡੈਡੀ ਭੇਜੀ ਦੋ ਮਿੰਟ ਫੜੋ ਹਾਂ ਫੜੋ ਹਾਂ ਬ੍ਰਦਰ। ਸਹੀ ਗੱਲ ਵੇਖੀ ਮੈਂ ਜੰਮੂ ਚੇਚਾ ਜਾਣੇ ਦਾ ਕਰਕੇ ਮੈਂ ਬਿਠਾਉਣਾ ਪਿਆ, ਮੇਰੇ ਉਹਨਾਂ ਨੂੰ ਬਿਲੀ ਕਾਰਡ ਹੋ ਗਿਆ। ਬੰਦਾ ਵੀਰੇ ਓਦਾਂ ਬਿਮਾਰ ਹੋਵੇ ਨਾ, ਕੋਈ ਇਹਦੀ ਲੱਤ ਬਾਹ ਪ੍ਰੋਬਲਮ ਹੋਵੇ, ਉਹ ਚੱਲਿਆ ਜਾਂਦਾ ਵਾ। ਜੋੜ ਕੇ ਨਾ ਇਸ ਟ੍ਰਿਪ ਬੈਠਾ ਰਿਹਾ ਸਾਰੀ ਰਾਤ, ਹਾਂਜੀ, ਤੇ ਮੈਂ ਇਹਦੇ ਲਾਗੇ ਬੈਠਾ ਰਿਹਾ ਮੈਂ ਵੀ। ਅੱਛਾ, ਗੁਰੇ ਇਧਰ ਖਾਈ ਕੱਲ ਮੈਂ ਲੋਕ ਮਾਰ ਕੇ ਨਾ ਤੇ ਇੰਨਾ ਰੋਇਆ ਵੀ ਹਿਸਾਬ ਨੀ ਕਹਿੰਦਾ ਜਿੰਦਰਾ ਮਾਰ ਕੇ। ਗੱਲ ਪਤਾ ਕੀ ਇਹਨਾਂ ਦਾ ਜੀ ਨੀ ਕਰਨ ਦਿਆ, ਤੋੜਦਾ ਨਾ ਲਵੇ ਆਹ ਲੱਗਣਾ ਨੀ ਜਿੰਦਰਾ।
ਜੇ ਆਪਾਂ ਇਹਨੂੰ ਟੀਕਾ ਨਾ ਲਵਾਉਂਦੇ ਤੇ ਇਹ ਬੰਦੇ ਨੇ ਇੱਥੇ ਆਉਣਾ ਨਹੀਂ, ਗੱਡੀ ਦਾ ਵੀ ਨੁਕਸਾਨ ਹੋਣਾ ਨਹੀਂ। ਵੇਲਾ ਯਾਰ ਰੱਬ ਦੇ ਰੰਗ ਦੇ ਜਾ ਸੰਗਰਾਮ ਵੀਰ, ਨਿੱਕੀ ਮੱਖੀ ਆ ਦੋ ਭਰਾ, ਨਿੱਕੀ ਮੱਖੀ ਜਿੱਥੋਂ ਤੱਕ ਵੱਡੀ ਪਲੇਅਰ ਆ ਮੱਖਣ ਮੱਖੀ, ਉਹਨਾਂ ਦੋਵਾਂ ਭਰਾਵਾਂ ਦੀ 30 ਸਾਲ ਉਮਰ ਆ ਤੇ ਮਾਂ ਪਿਓ ਪੂਰਾ ਬਜ਼ੁਰਗ ਡੰਡੇ ਨਾਲ ਤੁਰਦੇ ਆ ਤੇ ਉਹਨਾਂ ਨੂੰ ਖਾਣ ਤੱਕ ਦਾ ਨਹੀਂ ਪਤਾ ਵੀ ਕੀ ਚੀਜ਼ ਖਾਣੀ ਕੀ ਨਹੀਂ ਖਾਣੀ, ਵੀ ਇੰਨੇ ਜ਼ਿਆਦਾ ਡਿਸਟਰਬ ਆ ਮੈਂਟਲੀ। ਰੋਟੀ ਪਾਣੀ ਵੀ ਮਾਂ ਪਿਓ ਨਾ ਬਜ਼ੁਰਗ ਉਹਨਾਂ ਨੂੰ ਆਪ ਹੱਥਾਂ ਨਾਲ ਤੁਰ ਤੁਰ ਖਾਂਦੇ, ਦੋ ਮੁੰਡੇ ਤੇ ਦੋਵੇਂ ਇੱਦਾਂ। ਕੋਈ ਗੱਲ ਨੀ, ਹੋ ਵੀ ਜਾਊ ਕੋਈ ਗੱਲ ਨੀ। ਹਾਂ ਬਹੁਤ ਵਧੀਆ ਨਿੱਕੀ ਸੰਗਲੀ ਨਾਲੇ ਇਹ ਨਾ ਜਿਆਦਾ ਗੱਲ ਤੇ ਇੱਥੇ ਕਿਤੇ ਬੰਨ ਬੁੰਦੇ ਨੇ, ਇੱਕ ਹੋਰ ਲੋਕ ਲਓ ਨਾ ਇਹਦੇ ਚ ਏਦਾਂ ਏਦਾਂ ਕਰਕੇ ਨਾ ਐਂ ਕਰਕੇ ਮੰਜੇ ਨਾ ਕਰ ਲਓ ਜਾਂ ਏਦਾਂ ਕਰਕੇ। ਹਾਂਜੀ ਏਦਾਂ ਐਂ ਕਰਕੇ ਮੇਰੀ ਗੱਲ ਸੁਣੋ, ਇੱਕ ਜਿੰਦਰਾ ਵੇਖ ਲਓ ਆ ਇੱਥੇ ਮਾਤ ਥੋੜਾ ਬਹੁਤ ਤੁਰ ਹੀ ਸਕੂਗਾ ਤੇ ਤੁਰਨਾ ਹੋਊਗਾ ਇੱਕ ਮਾਣਾ ਤੁਰ ਕੇ ਨੇ ਕੀ ਕਰਨਾ ਵਾ ਸੀ ਰਾਤ ਦੀ ਦਿਹਾੜੀ ਕਢਾਉਣੀ ਆ ਸਿੱਧਾ ਹੁਣ ਆ ਗਿਆ ਕੀ ਫਾਇਦਾ ਆ ਮਾਰ ਦੋ ਇੱਥੇ ਪੈਰ ਨੂੰ। ਹਾਂ ਹਾਂ ਆ ਸਹੀ ਜੀ ਆ ਚੀਜ਼ ਸਹੀ ਜੇ ਇੱਕ ਕੱਢ ਲਿਆ ਇੱਥੇ ਮਾਰ ਲਓ ਇੰਨਾ ਕਿ ਥੋੜਾ ਬਹੁਤ ਪੈਰ ਹਾਂ ਆ ਵੀ ਸਹੀ ਹਾਂ ਜੰਗਾ ਬੜਾ ਚੱਲ ਜਾਂਦਾ ਹਾਂ ਆ ਤੁਰਿਆ ਦੀ ਆ ਵੀ ਮਾਰੀ ਉਹ ਜਿੰਦਰਾ ਵੱਡਾ ਚਾਹੇ ਜਿੰਦਰਾ ਫੜ ਲਿਆ ਉਹ ਭੱਜ ਗਏ ਨਹੀਂ ਆ ਜਿੰਦਰਾ ਵੱਡਾ ਮਗਰ ਮਾਰਾ ਥਾ ਜਿੰਦਰਾ ਵੱਡਾ ਐਸ ਰੋ ਕਰ ਲਓ ਨਾ ਇੱਕ ਲੰਮੀ ਕੁੰਡੀ ਚ ਮਾਰ ਲਓ ਪਿਛਲੀ ਕੁੰਡੀ ਚ ਪਾ ਲਓ ਨਹੀਂ ਪੈਂਦਾ ਨਾ ਕਿ ਕੁੰਡੀ ਦੇ ਵਿੱਚ ਹੀ ਨਹੀਂ ਇੱਕ ਮਿੰਟ ਮੈਂ ਮਾਰ ਦਿੰਦਾ ਉਹ ਪੈਰ ਨਿਕਲ ਜਾਣਾ ਫੇਰ ਆ ਦਸਤਾਰ ਮੇਰਾ ਵੀਰ ਪਹਿਰਾਂ ਕਰੀ ਪਹਿਰਾਂ ਤੋਂ ਪਹਿਰਾਂ ਕਰ ਦਸਤਾਰਾਂ ਪਹਿਰਾਂ ਤੋਂ ਪਹਿਰਾਂ ਨੂੰ ਨਾ ਲੱਗਣਾ ਹੱਥ ਵੱਜਿਆ ਪੈਰ ਵੱਜਿਆ ਫਿਰ ਕਿੱਥੇ ਜ਼ੋਰ ਮਾਰਿਆ ਫਿਰ ਤੁਰਿਆ ਨੀ ਜਾਣਾ ਚੰਗੀ ਤਰ੍ਹਾਂ ਇੱਕੋ ਹੱਥ ਬੰਦੀ ਰਾਤ ਨੂੰ 12 ਵਜੇ ਬਾਈ ਚਾਂਸ ਗੁੜੀਆ ਪਤਾ ਕੀ ਕਰਿਓ ਕੱਲ ਨੂੰ ਸਵੇਰੇ ਇੱਕ ਵਾਰੀ ਡਾਕਟਰ ਨੂੰ ਸੱਦ ਕੇ ਨਾ ਇਹਨੂੰ ਰੈਸਟ ਦਾ ਇੰਜੈਕਸ਼ਨ ਲਵਾ ਦਿਓ ਠੀਕ ਹੈ ਸਵੇਰੇ ਅਰਲੀ ਮੰਗਾ ਦਿਓ ਥੋੜਾ ਠੀਕ ਆ ਹਾਂ ਵੈਸੇ ਮੈਨੂੰ ਜਿੱਥੇ ਤੱਕ ਆਸ ਆ ਕਿ ਜਦੋਂ ਹੁਣ ਇਹਨੇ ਰੈਸਟ ਕਰ ਲਈ ਹੈ ਨਾ ਇਹਦਾ ਅੱਗੇ ਨਾਲੋਂ ਕਾਫੀ ਕੰਟਰੋਲ ਹੋ ਜਾਊਗਾ ਕਿਉਂਕਿ ਇਹ ਪਹਿਲਾਂ ਵੀ ਸੁੱਤਾ ਸੀ ਨਾ ਤੇ
ਤੇ ਠੀਕ ਹੋ ਗਿਆ ਸੀ ਉਹ 2 ਦਿਨ ਦਾ ਸੁੱਤਾ ਨਹੀਂ ਨਾ ਉਹਦੇ ਕਾਰਨ ਦਿਮਾਗ ਹੋਰ ਜ਼ਿਆਦਾ ਉਹਦਾ ਸ਼ੈਤਾਨੀ ਹੋਇਆ ਪਿਆ ਵਾਹਿਗੁਰੂ 2 ਦਿਨ ਤੋਂ ਵੀ ਜ਼ਿਆਦਾ ਨਹੀਂ ਸੁੱਤਾ ਐਕਚੁਅਲੀ ਇਹਨੂੰ ਨਾ ਲਗਾਤਾਰ ਥੋੜੇ ਦਿਨ ਇੰਜੈਕਸ਼ਨ ਲਵਾਉਂਦੇ ਰਿਹੋ ਜੀ ਹਾਂਜੀ ਤੁਹਾਨੂੰ ਰੋਲ ਦੇਣਾ ਜੀ ਭੈਣੇ ਮੈਂ ਇਹਨਾਂ ਚੀਜ਼ਾਂ ਚ ਰਹਿੰਦਾ ਉਹਨਾਂ ਰੋਲ ਦੇਣਾ ਜੀ ਤੁਹਾਨੂੰ ਇਹਦਾ ਆਹ ਕਰਨਾ ਜੋ ਕਰਨਾ ਹਾਂ ਪੁੱਤ ਮੇਰਾ ਨੰਬਰ ਉਹੀ ਆ ਹਾਂ ਲਾਗੇ ਨਾ ਜਾਇਓ ਤੇ ਨਾ ਗਲਾਸ ਗਲੂ ਨਾ ਰੱਖਿਓ ਇਹਦੇ ਲਾਗੇ ਕੁਛ ਇਹਦੇ ਲਾਗੇ ਕੋਈ ਚੀਜ਼ ਨਾ ਰੱਖਿਓ ਕੋਈ ਤਿੱਖੀ ਤੁੱਖੀ ਗਲਾਸ ਗਲੂਸ ਐਵੇਂ ਆਪਦਾ ਨੁਕਸਾਨ ਕਰੂ ਕੋਈ ਪਤਾ ਨੀ ਇਹਦਾ ਹਨਾ ਸਹੀ ਨੀ ਆ ਹਨਾ ਹਾਂ ਤੂੰ ਮੇਰੀ ਭੈਣ ਚਾਕੀ ਜਦੋਂ ਅਸੀਂ ਲੰਘੇ ਚਾਕੀ ਲਈ ਸਹੀ ਗੱਲ ਹੈ ਬੜੀ ਤਕੜੀ ਇਹ ਵੀ ਗੱਲ ਆ ਮੈਨੂੰ ਅਜੇ ਤਾਈ ਚੇਤਾ ਮੈਂ ਨਾ ਬਾਬੇ ਸਹਾਵੇ ਰਹਿੰਦਾ ਸੀ ਬਾਬਿਆਂ ਕੋਲ ਉੱਥੇ ਇੱਦਾਂ ਇੱਦਾਂ ਹੀ ਬੰਦਾ ਕੋਈ ਡਿਸਟਰਬ ਸੀ ਬਹੁਤ ਜ਼ਿਆਦਾ ਅਤੇ ਨਾ ਚੌਂ ਜਾਣੇ ਨੇ ਉਹਨੂੰ ਫੜਿਆ ਉਹ ਲੋਟ ਹੀ ਨਾ ਹੋਵੇ ਅਤੇ ਗ੍ਰੰਥੀ ਸਿੰਘ ਨੇ ਚਪੇੜ ਮਾਰ ਦਿੱਤੀ ਮੈਂ ਅੱਗੇ ਵੀ ਉਹਨੂੰ ਦੱਸਿਆ ਉਹ ਕਹਿੰਦਾ ਬਾਬਾ ਤੇਰੀ ਭਗਤੀ ਬੜੀ ਆ ਕਹਿੰਦਾ ਮੈਂ ਤੈਨੂੰ ਤਾਜ ਨਹੀਂ ਕੁਛ ਆਖਿਆ ਕੋਈ ਹੁੰਦਾ ਤੇਰੀ ਥਾਂ ਹੋਰ ਕਹਿੰਦਾ ਮੈਂ ਇੱਥੇ ਥੱਲੇ ਕਹਿੰਦਾ ਢਾ ਲੈਣਾ ਇਹਨੂੰ ਜਿੰਨਾ ਮਰਜ਼ੀ ਪਾੜ ਕਰੀ ਜਾਓ ਦੱਸਦੇ ਆ ਜੱਗੀ ਬਣਾਉਣ ਵਾਲਾ ਚੰਗਾ ਜਾਂਦਾ ਮੈਨੂੰ ਢਾਡੇ ਚ ਬੰਦਾ ਮੇਰਾ ਮੇਰਾ ਮੈਂ ਸਿਰੋਂ ਨਾਲ ਕੇ ਛਾਲੀ ਭਲਵਾਨ ਮਾਮਾ ਮੇਰਾ ਸੁਣਿਆ ਹੋਣਾ ਛਾਲੀ ਭਲਵਾਨ ਉਹ ਵੀ ਏਦਾਂ ਹੋ ਜਾਂਦਾ ਸੀ ਮਾਰ ਦੋ ਯਾਰ ਇੱਕ ਹੱਥ ਚੱਲ ਮਾਰ ਅਗਲੇ ਬੰਨੇ ਦੀ ਕੱਢ ਕੇ ਇੱਕ ਹੱਥ ਨੂੰ ਮਾਰ ਦੋ ਅਗਲੇ ਬੰਨੇ ਦੀ ਕੱਢ ਕੇ ਜਿਹੜਾ ਫੇਰ ਚਾਹੀਦਾ ਹੈ ਓਏ ਵੱਡਾ ਹੀ ਉਹ ਨਿਕਲਦਾ ਨਹੀਂ ਵੱਡਾ ਨਹੀਂ ਨਿਕਲਦਾ ਥੋੜੇ ਨਿਕਲਦਾ ਇਹਨੂੰ ਸਵੇਰ ਤੱਕ 7-8-9 ਵਜੇ ਤਾਈਂ ਸੁੱਤ ਨਹੀਂ ਹੋਣੀ ਇਹਨੂੰ ਛੋਟੇ ਵੀਰ ਮਾਰ ਕੁੰਡੀ ਨਹੀਂ ਤੇ ਮਾੜੀ ਜੀ ਨਾ ਹੈ
ਖੋਲਣਾ ਆਪੇ ਕੱਟਣਾ ਕੱਟਣਾ ਵੀ ਕੁਝ ਪਲਾਸ ਹੈਗਾ ਫੜੀ ਮੇਰੀ ਭੈਣ ਰਹਿੰਦਾ ਪਲਾਸ ਰਹਿੰਦਾ ਹੈਲੋ ਗੁੱਡੀਆ ਪਲਾਸ ਲੈ ਲਾ ਭੈਣੇ ਚੁੱਕ ਲਾ ਚੀਜ਼ਾਂ ਸਾਰੀਆਂ ਚੁੱਕ ਲਾ ਇੱਥੋਂ ਤੇ ਤੂੰ ਆਹ ਚੀਜ਼ਾਂ ਚੁੱਕ ਲਾ ਇੱਥੋਂ ਆਹ ਗੁੜੀਆ ਆਹ ਚੁੱਕ ਲਾ ਸਾਰਾ ਸਮਾਨ ਜਾ ਇੱਥੋਂ ਠੀਕ ਨਾ ਗਲਾਸ ਗਲੂਸ ਚੁੱਕ ਲਾ ਗਲਾਸ ਵੀ ਮਾਰ ਸਕਦਾ ਆਪਣੇ ਹਾਂ ਲੈ ਫੋਟੋ ਬਹੁਤ ਸੋਹਣਾ ਹੀ ਦਾੜੀ ਹੈਗੀ ਸੀ ਹੁਣ ਪਰਸੋਂ ਕਟਾ ਕੇ ਆਇਆ ਵਾ ਕਹਿੰਦਾ ਕਿ ਮੁੰਡੇ ਕਹਿੰਦੇ ਸੋਹਣੀ ਨਹੀਂ ਲੱਗਦੀ ਕਾ ਕਿਦਨ ਕਟਾ ਗਿਆ ਪਰਸੋਂ ਕਟਾ ਕੇ ਆਇਆ ਹਾਂ ਆ ਵੇਖੋ ਵੀਰ ਜੀ ਇਹਦੀ ਫੋਟੋ ਬੱਚੇ ਦੀ ਆ ਦਿਖਾ ਕਿੱਡੀ ਸੋਹਣੀ ਪੱਗ ਬੱਧੀ ਹੈ ਕਿੱਡਾ ਸੋਹਣਾ ਸਰਦਾਰ ਵਾ ਤੇ ਅੱਜ ਵਿਚਾਰਾ ਮੈਂਟਲੀ ਅਪਸੈਟ ਹੋਇਆ ਫਿਰਦਾ ਕਹਿੰਦੇ ਕਿ ਮੁੰਡੇ ਕਹਿੰਦੇ ਸੋਹਣੀ ਨਹੀਂ ਲੱਗਦੀ ਸਾਰੇ ਕਹਿੰਦੇ ਸੋਹਣੀ ਨਹੀਂ ਲੱਗਦੀ ਇਸ ਕਰਕੇ ਕਟਾ ਦਿੱਤੀ ਆਹ ਵੇਖੋ ਵੀਰ ਜੀ ਫੋਟੋ ਇਹਦੀ ਵੀਰ ਦੀ ਆ ਜਿਹਨੂੰ ਅਸੀਂ ਅੱਜ ਲੈ ਕੇ ਆਏ ਹਾਂ ਵੇਖੋ ਕਿੱਡਾ ਸੋਹਣਾ ਸੁਨੱਖਾ ਵਾ ਹਨਾ ਉਹ ਇੱਕ ਗਾਇਕ ਹੈ ਕਹਿੰਦੇ ਇਹਦਾ ਨਹੀਂ ਜਸਰ ਨਹੀਂ ਉਹ ਯਾਰ ਜਿਹੜੇ ਗਾਣੇ ਆਉਂਦੇ ਹੁੰਦੇ ਝਿੰਜਰ ਹੈ ਨਾ ਉਹਦੇ ਵਰਗੀ ਪੱਗ ਜੀ ਨਾ ਪੜ੍ਹਿਆ ਕੀ ਭੈਣ ਨੇ ਪੜ੍ਹਿਆ ਕੀ ਆ ਸਟੱਡੀ ਕੀ ਇਹਦੀ ਸਟੱਡੀ ਤੇ ਜਦੋਂ 10th ਹੀ ਕਰਦਾ ਪਿਆ 10th ਦੇ ਐਗਜ਼ਾਮ ਦਿੱਤੇ 28 ਨੂੰ ਇਹਦਾ ਲਾਸਟ ਐਗਜ਼ਾਮ ਸੀਗਾ ਤੇ ਉਦੋਂ ਦਾ ਆਇਆ ਵਾ ਤੇ ਉਦੋਂ ਦਾ ਬਸ ਇਹੋ ਹੀ ਹਾਲ ਹੋਇਆ ਪਿਆ ਇਹਦਾ ਨਹੀਂ ਹੋਇਆ 1 ਤਰੀਕ ਦੇ ਜਦੋਂ ਇਹਦਾ ਐਕਸੀਡੈਂਟ ਹੋਇਆ ਨਾ ਡਿੱਗਾ ਉਦੋਂ ਦਾ ਇਹਦੀ ਮਤਲਬ ਦਿਮਾਗੀ ਹਾਲਤ ਇਹਦੀ ਠੀਕ ਨਹੀਂ ਹੈ ਡਿੱਗਾ ਹਾਂ ਇਹ ਐਕਟਿਵ ਇਹਨਾਂ ਦੀ ਲੈ ਕੇ ਗਿਆ ਸੀ ਤੇ ਉਹਦੀ ਬ੍ਰੇਕ ਐਕਚੁਅਲੀ ਅਗਲੀ ਲੱਗਦੀ ਨਹੀਂ ਤੇ ਉਹਨੇ ਲਾਉਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਉਹ ਲੱਗੀ ਨਹੀਂ ਉਹ ਬਹੁਤ ਟਾਈਟ ਸੀਗੀ ਤੇ ਉਸ ਉਹ ਦੋਨੇ ਇਹਨਾਂ ਦਾ ਮੁੰਡਾ ਤੇ ਇਹ ਮੇਰਾ ਭਰਾ ਇਹ ਡਿੱਗੇ ਇਹਦੇ ਬਾਂਹ ਤੇ ਸੱਟ ਲੱਗੀ ਥੋੜੀ ਸਿਰ ਤੇ ਸੱਟ ਲੱਗੀ ਰਿਓਬੜਾ ਆਇਆ ਤੇ ਇਹਦੀ ਵੱਖੀ 'ਚ ਬਹੁਤ ਪੀੜ ਹੁੰਦੀ ਸੀ ਤੇ ਅਗਲੇ ਦਿਨ ਸਾਨੂੰ ਕਹਿੰਦਾ ਕਿ ਮਤਲਬ ਮੈਨੂੰ ਇਸ ਤਰ੍ਹਾਂ ਬਹੁਤ ਦਰਦ ਹੁੰਦੀ ਆ ਤੇ ਫਿਰ ਅਸੀਂ ਇਹਨੂੰ ਲੈ ਕੇ ਗਏ ਬੀਬੀ ਕੋਲੋਂ ਜੀ ਹੋਸਪਿਟਲ ਲੈ ਕੇ ਗਏ ਪਰ ਇਹਨੇ ਮਤਲਬ ਉੱਥੇ ਇਹਦਾ ਐਕਸਰੇ ਕਰਾਇਆ ਬਾਂਹ ਦਾ ਐਕਸਰੇ ਕਰਾਇਆ ਤੇ ਉਹ ਕਹਿੰਦੇ ਕਿ ਕੁਛ ਨਹੀਂ ਹੋਇਆ ਬਸ ਇਹਦੇ ਨਾ ਖਿੱਚ ਪਈ ਆ ਹੋਰ ਜ਼ਿਆਦਾ ਕੁਛ ਨਹੀਂ ਹੋਇਆ ਤੇ ਉਸ ਤੋਂ ਬਾਅਦ ਮਤਲਬ ਕਿ ਠੀਕ ਹੋ ਗਿਆ ਸੀ ਫਿਰ ਅਸੀਂ ਜਦੋਂ ਮਤਲਬ ਪਾਪਾ ਲੈ ਕੇ ਗਏ ਨਾ ਇਹਨੂੰ ਹਾਂਜੀ ਮੋਬਾਈਲ ਤੇਰੇ ਕੋਲ ਦੋਨੋਂ ਹਾਂ ਹਾਂ ਠੀਕ ਹੈ ਮੈਂ ਕਿਹਾ ਕਿ ਦੁਪਹਿਰ ਟਾਈਮ ਜੇ ਪਾਪਾ ਮਤਲਬ ਫਿਰ ਇਹਨੂੰ ਲੈ ਕੇ ਗਏ ਉੱਥੇ ਕਿ ਉਹਨੂੰ ਕਹਿੰਦੇ ਪੱਟੀ ਪੁੱਟੀ ਕਰਵਾ ਕੇ ਤੇ ਉਸ ਤੋਂ ਅਗਲੇ ਉਹ ਉਦਣ ਹੀ ਹਾਂ ਉਦਣ ਹੀ ਦੇਣ ਅਸੀਂ ਇਹਨੂੰ ਦਰਬਾਰ ਸੋਰੀ ਟਾਲਾ ਸਾਹਿਬ ਲੈ ਕੇ ਗਏ ਪਰ ਉਦੋਂ ਪਾਪਾ ਜਿਹੜਾ ਸੀ ਨਾ ਦਰਸ਼ਨ ਸਿੰਘ ਪਾਪਾ ਜੀ ਉਹ ਜਾ ਚੁੱਕੇ ਸੀਗੇ ਤੇ ਫਿਰ ਇਹਨੂੰ ਪਾਪਾ ਅਗਲੇ ਦਿਨ ਲੈ ਕੇ ਗਏ ਅਗਲੇ ਦਿਨ ਤੋਂ ਲੈ ਕੇ ਗਏ ਪਾਪਾ ਕਹਿੰਦਾ ਕਿ ਥੋੜੀ ਜਿਹੀ ਕਸਰ ਆ ਤੇ ਇਹਨੂੰ ਤੁਸੀਂ ਇਸ਼ਨਾਨ ਕਰਵਾਓਗੇ ਤੇ ਉਹ ਨਿਕਲ ਜਾਏਗੀ ਫਿਰ ਅਸੀਂ ਉਸੇ ਦਿਨ ਮੈਂ ਇਹਨਾਂ ਸ਼ਾਮੀ ਗਈ ਤੇ ਇਹਨੂੰ ਇਸ਼ਨਾਨ ਕਰਵਾ ਕੇ ਲਿਆਂਦਾ ਤੇ ਕਿਉਂ ਕਹਿੰਦੇ ਆ ਇਹਦਾ ਫਿਰ ਉਸ ਤੋਂ ਬਾਅਦ ਠੀਕ ਹੋ ਗਿਆ ਬਹੁਤ ਠੀਕ ਚੱਲਿਆ ਤੇ ਹੁਣ ਆ ਫਿਰ ਪਰਸੋਂ ਚੌਥ ਦਾ ਫਿਰ ਕੰਮ ਖਰਾਬ ਹੋ ਗਿਆ ਇਹਦਾ ਇਸ ਤਰ੍ਹਾਂ ਹੀ ਬਤ ਤੂੰ ਇਹਨੂੰ ਠੀਕ ਕਰ ਸਕਦੀ ਹੈ ਇਹਦੇ ਲਾਗੇ ਚੌਪਈ ਸਾਹਿਬ ਦਾ ਤੇ ਸੁਗਨੀ ਸਾਹਿਬ ਦਾ ਪਾਠ ਕਰ ਲਾਵਾ ਨਾ ਤੇ ਇਹ ਨਾ ਫੁੜਕ
ਰੁਕਦਾ ਵਾ ਕਹਿੰਦਾ ਮੈਨੂੰ ਨਾ ਗਾਣੇ ਸੁਣਾ ਮੈਂ ਮੈਨੂੰ ਪਾਠ ਜਿਹੜਾ ਹੁੰਦਾ ਨਾ ਕਸਰ ਹੁੰਦੀ ਆ ਉਹਨੂੰ ਜਦੋਂ ਤੁਸੀਂ ਚੰਗੇ ਰੱਬ ਦਾ ਨਾਮ ਲਓਗੇ ਪਾਠ ਕਰੋਗੇ ਤਾਂ ਉਹਨੂੰ ਖਿੱਚ ਚੜ੍ਹਨੀ ਆ। ਅਜੀਤ ਬਾਬਾ ਜੀ ਸੀਗੇ ਉਹਨਾਂ ਨੇ ਇਹਦੇ ਸਾਹਮਣੇ ਉਹਨਾਂ ਮੈਨੂੰ ਇਹਨਾਂ ਦੇ ਹੈਗੇ ਆ ਕੋਈ ਕਜ਼ਨ ਹੈਗਾ ਵਾ ਤੇ ਉਹਨੇ ਮੈਨੂੰ ਉਹਨਾਂ ਦਾ ਨੰਬਰ ਦਿੱਤਾ ਤੇ ਉਹ ਬਾਬਾ ਜੀ ਐਕਚੁਅਲੀ ਉਹਦੇ ਸਾਹਮਣੇ ਨਾ ਪਾਠ ਕਰਦੇ ਉਹ ਕਹਿੰਦੇ ਬੋਲ ਧੰਨ 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 ਗੁਰੂ ਰਾਮਦਾਸ ਬੋਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਤੇ ਬੋਲਦਾ ਵਾ ਪਰ ਨਾ ਫਿਰ ਨਾ ਵਿੱਚ ਵਿੱਚ ਗਾਲਾਂ ਕੱਢਣ ਡਿਆ ਪੈਂਦਾ ਸੀ। ਪਾਠ ਕਰੀ ਮੇਰੀ ਭੈਣ ਲਾਗੇ ਨਾ ਗਈ ਇਹਦੇ ਨਾਂ ਤੇ ਪਾਠ ਜ਼ਰੂਰ ਕਰੀ ਅਰਦਾਸ ਕਰੀ ਕੋਈ ਗੱਲ ਨਹੀਂ ਹੌਲੀ ਹੌਲੀ ਸੈੱਟ ਹੋ ਜਾਣਾ ਇਹਨੇ ਜਿੰਨੇ ਤੁਸੀਂ ਮਨ ਚ ਸੁੱਖ ਸਕਦੇ ਹੋ ਸਵੇਰੇ ਜਾ ਕੇ ਗੁਰੂ ਘਰ ਜਾ ਕੇ ਇਹਦੇ ਵਾਸਤੇ ਦੂਜਾ ਜਲ ਵੀ ਲੈ ਕੇ ਆਈ ਜਲ ਦਾ ਛੱਟਾ ਵੀ ਜ਼ਰੂਰ ਦੇ ਹੋ ਜੂਗਾ ਫਰਕ ਪੈ ਹੋ ਜੂਗਾ ਠੀਕ ਹੈ ਭੈਣੇ ਚੰਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹਜੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਇਕੱਲਾ ਹੈਗਾ ਵੀ ਇਕੱਲਾ ਕਰਾ ਹਨਾ ਵਿਚਾਰਾ ਬਜ਼ੁਰਗ ਕੀ ਕਰੇ ਵਾਹਿਗੁਰੂ।